ਗਲੋਬਲ ਸਿੱਖ ਅਚੀਵਰ ਸੀਜ਼ਨ 2 ਇਸ ਵਿੱਚ ਅੱਜ ਸਾਡੇ ਨਾਲ ਨੇ ਸਰਦਾਰ ਕੁਰਜੀ ਸਿੰਘ ਜੀ ਮਾਰਵਾ ਅਸੀਂ ਉਹਨੇ ਆਪਣੇ ਪ੍ਰੋਗਰਾਮੇ ਜੀ ਆਇਆ ਆਪਤੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਗਲੋਬਲ ਸਿੱਖ ਅਚੀਵਰ ਸਿਸ ਅਸੀਂ ਹਰ ਹਰ ਪ੍ਰੋਗਰਾਮ ਦੇ ਵਿੱਚ ਇੱਕ ਨਵੇਂ ਸ਼ਖਸੀਅਤ ਨਾਲ ਆਪਣੇ ਦਰਸ਼ਕਾਂ ਨੂੰ ਰੂਬਰੂ ਕਰਾਨੇ ਆ ਅੱਜ ਸਾਡੇ ਨਾਲ ਦੇ ਸਰਦਾਰ ਕੁਰਜੀ ਸਿੰਘ ਜੀ ਕੁਰਜੀ ਸਿੰਘ ਜੀ ਸਭ ਤੋਂ ਪਹਿਲੇ ਅਸੀਂ ਆਪਣੇ ਪ੍ਰੋਗਰਾਮੇ ਜੀ ਆਇਆ ਆਪਤੇ ਆ ਔਰ ਗੱਲ ਕਰਨਾ ਚਾਹਾਂਗੇ ਪਹਿਲੇ ਜਾਨਣਾ ਚਾਹਾਂਗੇ ਆਪ ਜੀ ਦੇ ਪਿਛੋਕੜ ਬਾਰੇ ਥੋੜਾ ਜਿਹਾ ਬਹੁਤ ਬਹੁਤ ਸ਼ੁਕਰੀਆ ਜੀ ਆ ਮੇਰੀ ਬੈਕਗ੍ਰਾਉਂਡ ਸਾਇੰਸ ਸਟੂਡੈਂਟ ਰਹੀ ਹੈ ਔਰ ਕਾਫੀ ਜਿਹੜਾ ਸੇਲਸ ਮਾਰਕETING ਦਾ ਐਕਸਪੀਰੀਐਂਸ ਕਰਨ ਤੋਂ ਬਾਅਦ ਆ ਟੂਡੇ ਆਮ ਅ ਪ੍ਰੋਡਕਟਿਵਿਟੀ ਐਕਸ਼ਨ ਕੋਚ ਬੇਸਡ ਔਨ ਨਿਊਰੋਸਾਇੰਸ ਐਂਡ ਸਾਈਕੋਲੋਜੀ ਮੈਂ ਲੋਗਾਂ ਦੇ ਬਲਾਕਸ ਦੂਰ ਕਰਦਾ ਹਾਂ ਮੈਂ ਲੋਗਾਂ ਦੇ ਜੋ ਬਿਕਕੋਸ ਅਸੀਂ ਫਾਈਟ ਕਰਨੇ ਆ ਬਾਹਰ ਦੀ ਦੁਨੀਆ 'ਚ ਸਕਸੈਸਫੁਲ ਵੀ ਹੋ ਜਾਣੇ ਆ ਅੰਦਰ ਦੀ ਦੁਨੀਆ ਨਾਲ ਅਸੀਂ ਇਨਸਾਈਟ ਕਿਵੇਂ ਦੇਖੀ ਕੀ ਦਿਨ ਗੱਲ ਕਰੀਏ ਕੌਣ ਸੋਲੂਸ਼ਨ ਦੇਗਾ ਬਹੁਤ ਕਟਲੋਕਸ ਹਮ ਦਿਖਾਈ ਦਿੰਦੇ ਨੇ ਤੁਸੀਂ ਕੀ ਕਹਿੰਦੇ ਹੋ ਉਸ ਪ੍ਰੋਬਲਮ ਦੇ ਨਾਲ ਚਲਦੇ ਜਾਂਦੇ ਆ ਚਲਦੇ ਜਾਂਦੇ ਚਲਦੇ ਜਾਂਦੇ ਸਾਡੇ ਦਿਮਾਗ ਵਿੱਚ ਪੈਟਰਨ ਬਣਨੇ ਸ਼ੁਰੂ ਹੋ ਜਾਂਦੇ ਨੇ ਜਦੋਂ ਅਸੀਂ ਵੱਡੇ ਹੁੰਦੇ ਆ ਉਹ ਪੈਟਰਨ ਅਸੀਂ ਕੈਰੀ ਕਰਨੇ ਆ ਭਾਵੇਂ ਗਲਤ ਪੈਟਰਨ ਹੈ ਤਾਂ ਵੀ ਅਸੀਂ ਕੈਰੀ ਕਰਦੇ ਆ ਔਰ ਬਾਹਰ ਦੀ ਦੁਨੀਆ ਨਾਲ ਅਸੀਂ ਉਸ ਚੀਜ਼ ਨੂੰ ਰੈਫਰ ਜੋ ਕਰਨੇ ਆ ਉਹ ਪ੍ਰੋਬਲਮ ਨੂੰ ਰੈਫਰ ਕਰਨੇ ਆ ਤੇ ਉਹ ਪੁਰਾਣੇ ਪੈਟਰਨ ਵਾਲੀ ਅਸੀਂ ਰੈਫਰ ਕਰ ਪਾਦੇ ਆ ਉਹਨਾਂ ਨੂੰ ਦਿੱਕਤ ਹੈ ਹੁੰਦੀ ਹੈ ਕਿ ਅਸੀਂ ਸੋਲੂਸ਼ਨ ਨਹੀਂ ਕੱਢ ਪਾਦੇ ਤੁਸੀਂ ਪ੍ਰਕਾਸ਼ਨੀਤ ਕਰਦੇ ਰਹੇ ਹੋ ਉਸ ਚੀਜ਼ ਨੂੰ ਕਬੜੀ ਦਿੱਕਲ ਆਉਂਦੀ ਲੋਗਾਂ ਨੂੰ ਮਾਰਕੀਟਿੰਗ ਤੋਂ ਪ੍ਰੈਡਿਕਟਿਵਿਟੀ ਐਕਸ਼ਨ ਕੋਚ ਜੀ ਠੀਕ ਹੈ ਇਹ ਸਫਰ ਕਿਵੇਂ ਅ ਲੱਗਦਾ ਹੈ ਜਾਂ ਕਿਵੇਂ ਸਫਰ ਜਿਹੜਾ ਮਾਰਕੀਟਿੰਗ ਤੋਂ ਇੱਕ ਕੋਚ ਦਾ ਬਣਿਆ ਬਹੁਤ ਇੰਟਰਸਟਿੰਗ ਸਵਾਲ ਹੈ ਮਾਰਕੀਟਿੰਗ ਇਟਸ ਮਿਲ ਮੌਕਾ ਮਿਲਿਆ ਲੋਗਾਂ ਨਾਲ ਮਿਲਣ ਦਾ ਠੀਕ ਹੈ ਜਦੋਂ ਮੈਂ ਉਹਨਾਂ ਨਾਲ ਰੂਬ ਰੂ ਹੋਇਆ ਤੇ ਮੈਨੂੰ ਲੱਗਾ ਕਿ ਉਹਨਾਂ ਦੇ because there is a, a phrase if you want to to give someone something hmm. just hmm. apne tusi unna de paan vich unna de shoes de apna pair rakh ke dekho kyunki ve sochde ne so, no, menu laga ke bahut sare log kyunki assi agar gal karde ha ke log khush nahi reh paande hmm. batan to sunna sikhaye ga betta kuch ra karo kuch tusi khush kyun nahi rehnde bacche you know assi kehne ha but kive khush rehna assi nahi das paande te mainu laga ਕਿ ਸਾਰਾ ਅਲਟੀਮੇਟ ਜਿਹੜੇ ਚੀਜ਼ ਐ ਅਸੀਂ ਕੋਈ ਬਿਜ਼ਨਸ ਫੈਲਾ ਰਹੇ ਆ ਜਾਂ ਸਕਸੈਸ ਲੈਣਾ ਚਾ ਰਹੇ ਆ ਅਲਟੀਮੇਟ ਉਹਦੇ ਪਿੱਛੇ ਕੀ ਐ ਵੀ ਆਂਟ ਟੂ ਬੀ ਹੈਪੀ ਖੁਸ਼ ਰਹਿਣਾ ਚਾਹ ਰਹੇ ਆ ਉਹ ਖੁਸ਼ ਰਹਿਣ ਵਾਸਤੇ ਸਾਨੂੰ ਕੀ ਕੀ ਚੀਜ਼ਾਂ ਚਾਹੀਦੀਆਂ ਜਿਹੜੇ ਸਾਡੇ ਸੈਲਫ ਬਲੌਕ ਨੇ ਉਹ ਜ਼ਰੂਰੀ ਨੇ ਕਿ ਅਸੀਂ ਉਹਨਾਂ ਨੂੰ ਹਟਾ ਲਈਏ ਉਹਨਾਂ ਨੂੰ ਪਰੇ ਕਰੀਏ ਉਹਨਾਂ ਨੂੰ ਅੱਗੇ ਡੀਲ ਕਰੀਏ ਔਰ ਫਿਰ ਅੱਗੇ ਸਟੈਪ ਚਲੀਏ ਸੋ ਜਦੋਂ ਇੱਕ ਫ੍ਰੀडम ਮਿਲ ਜਾਂਦਾ ਹੈ ਤਾਂ ਉਹ ਫਿਰ ਖੁਸ਼ੀ ਵੀ ਨਾਲ ਨਾਲ ਆ ਜਾਂਦੀ ਹੈ ਤੋ ਇਸ ਕਰਕੇ ਮੈਂ ਜਿਆਦਾ ਪ੍ਰਭਾਵਿਤ ਹੋਇਆ ਤੇ ਮੇਰਾ ਪੈਸ਼ਨ ਬਣਿਆ ਕਿ ਲੋਕਾਂ ਨੂੰ ਖੁਸ਼ੀਆਂ ਦਿੱਤੀ ਜਾਂ ਇਸ ਦੇ ਵਿੱਚ ਬਿਲਕੁਲ ਜਿਹੜਾ ਤੁਹਾਡਾ ਸਫਰ ਸੀਗਾ ਇਹਦੇ ਵਿੱਚ ਕਿਵੇਂ ਲੋਕਾਂ ਤੱਕ ਪਹੁੰਚ ਕੀਤੀ ਜਾਂ ਲੋਕਾਂ ਨੇ ਤੁਹਾਡੇ ਤੱਕ ਪਹੁੰਚ ਕੀਤੀ ਕਿਉਂਕਿ ਇਹ ਜਿਹੜੇ ਤੁਸੀਂ ਤਾਂ ਆਪਣਾ ਜਿਹੜਾ ਜਿਹੜੀ ਸੋਚ ਹੈ ਲੋਕਾਂ ਤੱਕ ਪਹੁੰਚਾ ਸਕਦੇ ਹੋ ਇੱਕ ਦੂਸਰੇ ਨਾਲ ਕੰਬਾਈਨਡ ਹੋ ਗਏ ਤੇ ਉਹਦੇ ਵਿੱਚ ਕਿਵੇਂ ਇਹ ਸਿਸਟਮ ਬਣਿਆ ਵੀ ਲੋਕਾਂ ਨੇ ਤੁਹਾਡੇ ਤੱਕ ਪਹੁੰਚਿਆ ਤੁਸੀਂ ਉਹਨਾਂ ਤੱਕ ਪਹੁੰਚਦਾ ਕਿਵੇਂ ਪ੍ਰੋਸੈਸ ਰਿਹਾ ਆ ਦੇਖੋ ਜੀ ਮੈਂ ਕੋਈ ਆਪਣੇ ਆਪ ਨੂੰ ਔਰ ਇਸ ਕੰਮ ਨੂੰ ਮੈਂ ਕਦੇ ਵੀ ਸੈਪਰੇਟ ਨਹੀਂ ਕੀਤਾ ਠੀਕ ਹੈ ਮੈਂ ਹੀ ਉਹ ਕੰਮ ਆ ਔਰ ਉਹ ਕੰਮ ਹੀ ਮੈਂ ਵਾਂ ਤੋਂ ਉਹਨਾਂ ਨੂੰ ਕੀ ਹੁੰਦਾ ਹੈ ਕਿ ਮੈਂ ਜਿੱਥੇ ਵੀ ਖੜਾ ਵਾਂ ਆਈ ਆਲਵੇਸ ਟਾਕ ਦੈਟ ਵੇ ਕਿ ਮੈਂ ਕੁਝ ਕ੍ਰੀਏਟ ਕਰ ਸਕਾਂ ਇਸ ਬੰਦੇ ਵਾਸਤੇ ਕੁਝ ਠੀਕ ਹੈ ਆ ਇਦਰ ਆਮ ਸਟੈਂਡਿੰਗ ਐਟ ਦ 에어ਪੋਰਟ ਆਮ ਇਨ ਦ ਰੈਸਟੋਰੈਂਟ तो भावें कोई भी कैटर का कोई भी तरीके का बंदा हैगा डज नॉट मैटर मैंने उस पल उन्होंने खुशी देनी है और मैं कि दे सकना की क्रिएट कर सकना उस वास्ते तो मैंने कोई डिफरेंट नहीं लगा अपच वास्ते मैं भी अप्रोच किया लोगों ने लोगों ने जो मनिया किधरे तो उन्होंने वो भी प्रभावित होया इस गल तो कि यह चीज़ वाकई डिफरेंट चीज़ है किस तरह क्रिएट की जाए क्योंकि वी पीपल आर जनरेटर्स ओके असि जनरेटर okay. जब डेफरेंटली ऑलिंग वोलिंग होकर सब कुछ ठीक रहा तो वी कुड क्रिएट एनीथिंग ठीक है इलेक्ट्रीसिटी सप्लाई हो सकेगी सो दैट इज हाउ वी जनरेट दैट तो लोग बहुत सारे लोग कॉर्पोरेट इंप्रैस ने कॉर्पोरेट काम कर चुका मैं लोगों ने इंडिविजुअल लेवल से कर चुका हूँ स्टार्टअपा मौका मिलेगा क्योंकि उन्होंने को हार्डवर्किंग इज नॉट अ सोल्यूशन शामी बंदा पहुंचे यार बड़ी मेहनत की थी कुछ म, मजा नहीं आ रहा वो चीज़ ना होए सो so वो किमें हैपनिंग हो सकता है मेरा मकसद सिर्फ वो है ਇਦੇ ਵਿੱਚ ਕਿਉਂਕਿ ਕਿਹਾ ਜਾਂਦਾ ਹੈ ਕਿ ਵੀ ਇੱਕ ਫੈਮਿਲੀ ਬੈਕਗ੍ਰਾਉਂਡ ਜਿਹੜੀ ਹੈ ਉਹਦੇ ਵਿੱਚ ਵੀ ਕਾਊਟ ਕਰਦੀ ਹੈ ਕਿਸੇ ਵੀ ਪੁੱਤ ਨੂੰ ਵੱਡਾ ਹੋਣ ਵਾਸਤੇ ਯਹੋਦੇ ਤੇ ਕੋਈ ਫੈਮਿਲੀ ਬੈਕਗ੍ਰਾਉਂਡ ਵੀ ਇਹੋ ਜਿਹੀ ਸੀ ਜਾਂ ਇੱਕ ਕੀ ਕਹਿੰਦੇ ਨੇ ਆਪਣੀ ਫੀਲਡ ਤੁਸੀਂ ਆਪ ਹੀ ਜਿਹੜੀ ਇਸ ਫੀਲਡ ਵਿੱਚ ਤੁਰੇ ਜਾਂ ਕੀ ਸੀਗਾ ਥੋੜੀ ਫੈਮਿਲੀ ਬੈਕਗ੍ਰਾਉਂਡ ਨੂੰ ਲੈ ਕੇ ਬਹੁਤ ਵਧੀਆ ਜੀ ਤੁਸੀਂ ਮੈਨੂੰ ਆਪਣੇ ਬਚਪਨ ਦੀ ਵਾਪਸ ਪਹੁੰਚਾਤਾ ਹੈ ਮੈਂ ਦਾਦਾ ਜੀ ਨਾਲ ਸੁਣਦਾ ਸੀ ਔਰ ਦਾਦਾ ਜੀ ਜਿਆਦਾ ਪ੍ਰਭਾਵਿਤ ਹੋਇਆ ਪਾਪਾ ਮੇਰੇ ਜ਼ਰੂਰ ਜੌਬ ਵਿੱਚ ਗਏ ਗਵਰਨਮੈਂਟ ਜੌਬ ਸੀ ਮੈਂ ਸਿਰਦੋ ਐਂਟਰਪ੍ਰੈਨਿਓਰਸ਼ਿਪ ਸੀ ਅ ਮੇਰਾ ਮਕਸਦ ਐ ਸੀ ਦਾਦਾ ਜੀ ਇਹ ਗੱਲ ਮਿਲੋ ਅੱਜ ਤੱਕ ਯਾਦ ਹੈ ਉਹਨੇ ਹਮੇਸ਼ਾ ਕਹਿੰਦੇ ਸੀ ਕਿਸੇ ਨਾਲ ਵੀ ਮਿਲੋ ਉਹ ਤੁਹਾਨੂੰ ਕੋਲ ਕੰਮ ਕਰਾਣਾ ਹੈ ਤੁਸੀਂ ਉਹਦਾ ਕੰਮ ਕੋਸ਼ਿਸ਼ ਕਰੋ ਹੋ ਜਾਏ ਨਹੀਂ ਵੀ ਹੁੰਦਾ ਤੇ ਇੰਨਾ ਖੁਸ਼ ਹੋ ਕੇ ਜਾਏ ਕਿ ਦੁਬਾਰਾ ਮਿਲਣ ਦੀ ਚਾਹਤ ਰੱਖੇ ਬਿਲਕੁਲ ਤੇ ਮੇਰਾ ਮਕਸਦ ਉਹੀ ਹੁੰਦਾ ਜਦੋਂ ਵੀ ਮੈਂ ਲੋਕਾਂ ਨੂੰ ਕੋਸ਼ਿਸ਼ ਕਰਨਾ ਕਿ ਆਪਣੇ ਅੰਦਰੋਂ ਕੰਮ ਕਰਨ ਦੀ ਕੋਸ਼ਿਸ਼ ਕਰਨਾ ਪੈਸ਼ਨ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਨਾ ਮੇਰੀ ਜ਼ਿੰਦਗੀ ਚਾਰ ਵਜੂਨ ਦੀ ਸੀ one is the integrity second is the authenticity third is the love and fourth is the commitment main char values se kaam karna aur es values se kaam karna lakkiye wo mere dada hi to hi aaye si jo to family ki gal kar rahe ho te aaj bhi main apne bete apne aur parivar ke sadasya ya jo bhi milta hai aaj mera parivar bahut bad chuka hai khas kar uh, main cognization uh, ashi shuru ki thi shayad to 3 saal pehle world sick chamber of commerce te main ushi director ha, as education director and i am also director for networking koi nava chapter ki extension ho rahi hai nawi family bad rahi hai tab bada acha lagta hai jab naye logana milna unnanu dasna ki ki fayda ek dusre businesses khade ho sakne sik parivar ek dusra khade ho sakde ne log bade khush ho jande concept bahut sahi hai aur chale parmesh Singh chhadaji ne jehda concept ditta it's amazing main ta prabhavit thai ha parmesh ji ji aaj pure globe vich pure world vich ਉਹਨਾਂ ਦਾ ਉਹ ਨਾਮ ਹੈਗਾ ਉਹ ਮਾਨ ਹੈਗਾ ਲੋਕਾਂ ਦਾ ਬਿਕੋਜ਼ देयर इज अ கான்ਸੈਪਟ ਇਨ ਰਖਿਆ ਸਿਕ ਫੈਮਿਲੀ ਅਨ ਕਟੇ ਕਰੰਦਾ ਇਟ ਵਾਸ ਅਮੇজিং ਐਂਡ ਨੋਬਾਡੀ ਹੈਸ ਟੇਕਨ ਦੈਟ ਇਨੀਸ਼ੀਏਟਿਵ ਇਸ ਸਾਰੇ ਸਫਰ ਦੇ ਵਿੱਚ ਇੱਕ ਕਿਉਂਕਿ ਤੁਸੀਂ ਤਰਬਨ ਜਿਹੜੀ ਹੈਗੀ ਉਹ ਕਿਵੇਂ ਕਿਹੋ ਜੀ ਕੀ ਕਹਿੰਦੇ ਨੇ ਲੋਕਾਂ ਨਾਲ ਮਿਲਣ ਤੱਕ ਕਿਵੇਂ ਪੋਜ਼ਿਟਿਵ ਕਿਵੇਂ ਨੈਗੇਟਿਵ ਕਿਉਂਕਿ ਕਈ ਵਾਰੀ ਟਰਬਨ ਨੂੰ ਲੈ ਕੇ ਕਈ ਜਗ੍ਹਾ ਤੇ ਕੁਝ ਪਰੇਸ਼ਾਨੀਆਂ ਵੀ ਹੁੰਦੀ ਆ ਰਹੀਆਂ ਨੇ ਲੋਕਾਂ ਦੀਆਂ ਜਾਂ ਕੁਝ ਹੁੰਦਾ ਰਿਹਾ ਤੇ ਟਰਬਨ ਜਿਹੜਾ ਹੈ ਇਹਦੇ ਵਿੱਚ ਕੀ ਰੋਲ ਰੱਖਦੀ ਹੈ ਤੁਹਾਡਾ ਪੂਰੇ ਇਸ ਸਫ਼ਰ ਦੇ ਵਿੱਚ ਮਾਰਕੀਟਿੰਗ ਤੋਂ ਲੈ ਕੇ ਹੁਣ ਸਾਡੇ ਸਫ਼ਰ ਵਿੱਚ ਜੀ ਟਰਬਨ ਇੱਕ ਡਿਫਰੈਂਟ ਆਇਡੈਂਟੀਟੀ ਹੈ ਔਰ ਉਧਿਕ ਪਰਸੈਪਸ਼ਨ ਹੈ ਲੋਕਾਂ ਦੇ ਵਿੱਚ ਅਸੀਂ ਅਗਰ ਆਪਣੀ ਹਿਸਟਰੀ ਦੇਖੀਏ ਆਪਣੀ ਗੁਰਾਂ ਦੀ ਲਾਈਫ ਤੋਂ ਦੇਖੀਏ ਤਾਂ ਲੋਕ ਪ੍ਰਭਾਵਿਤ ਹੋਣਾ ਦੇਣ ਦੇ ਗੁਣ ਤੋਂ ਠੀਕ ਹੈ ਉਹਨਾਂ ਨੇ ਦੇਣਾ ਸਿੱਖਿਆ ਉਹਨਾਂ ਨੇ ਦੇ ਦਤਾ ਸੋਸਾਇਟੀ ਨੂੰ ਸਵਾਦ ਨੂੰ ਦਤਾ ਬੁਰਗੋਮੀਂਚ ਨੇ ਚਾਰ ਪੂਰੀ ਫੈਮਿਲੀ ਆਪਣੀ ਵਾਰ ਦਿੱਤੀ ਤਾਂ ਉਹ ਵੀ ਦਿੱਤਾ ਉਹਨਾਂ ਨੇ ਤੇ ਉਹ ਸੰਸਾਰੀ ਚੀਜ਼ਾਂ ਦਿੱਤੀਆਂ ਤੇ ਇੱਕ ਇਮੇਜ ਹੈਗੀ ਐ ਇਸ ਪਗੜੀ ਦੀ ਔਰ ਮਾਨ ਹੈ ਦੇਖਿਜੀ ਬਾਕੀ ਤੇ ਹਾਥੀ ਚੱਲਦਾ ਕੁੱਤੇ ਪਹੁੰਚਦੇ ਨੇ ਹਾਥੀ ਰੁਕਦਾ ਨਹੀਂ ਬਿਲਕੁਲ ਤੇ ਸਿੱਖੀ ਜਿਹੜੀ ਇਹ ਜਿਹੜੀ ਤਬਨ ਹੈ ਉਹ ਤਬਨ ਚੱਲ ਰਹੀ ਹੈ ਔਰ ਬਹੁਤ ਮਾਨ ਨਾਲ ਚੱਲ ਰਹੀ ਹੈ ਇੱਜ਼ਤ ਨਾਲ ਚੱਲ ਰਹੀ ਹੈ ਔਰ ਲੋਕਾਂ ਨੇ ਬਹੁਤ ਚੀਜ਼ ਲੱਤੀ ਹੈ ਨਾ ਕੋਲ ਔਰ ਰਾਜਵੀਰ ਜੀ さん ਰਿਬਲਿਸੀਸੀ ਅਸੀਂ ਦੇ ਰਹੇ ਆ ਅਸੀਂ ਲੋਕਾਂ ਨੂੰ ਐਜੂਕੇਸ਼ਨ ਦੇ ਰਹੇ ਆ ਲੋਕਾਂ ਨੂੰ ਨੈਟਵਰਕਿੰਗ ਤਰੀਕਾ ਵੀ ਦੇ ਰਹੇ ਆ ਤੇ ਟਲਬਨ ਇਕੱਠੇ ਹੋ ਕੇ ਯੂਨੀਫਾਈਂ ਟਲਬਨ ਦਾ ਸੀ ਕਨਸੈਪਟ ਲੈ ਕੇ ਚੱਲਦੇ ਆ which is wonderful ਬਿਲਕੁਲ ਆਖੇ ਦੇ ਵਿੱਚ ਅਸੀਂ ਗੱਲ ਕਰਨਾ ਚਾਹਾਂਗੇ ਕਿ ਸਾਡਾ ਜਿਹੜਾ ਆਉਣ ਵਾਲਾ ਯੂਥ ਹੈ ਕਿਉਂਕਿ ਯੂਥ ਜਿਹੜਾ ਹੈ ਉਹ ਕਿਸੇ ਕੌਮ ਦਾ ਭਵਿੱਖ ਹੁੰਦਾ ਹੈ ਤੇ ਉਸ ਯੂਥ ਨੂੰ ਅੱਜ ਤੁਸੀਂ ਆਪਣੇ ਲਾਈਫ ਐਕਸਪੀਰੀਅੰਸ ਦੇ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਵੀਜੀ ਸਭ ਤੋਂ ਵੱਡੀ ਜ਼ਰੂਰਤ ਕੀ ਹੈ ਅਸੀਂ ਯੂਥ ਨੂੰ ਬੋਲਣਾ ਸਿਖਾਇਆ ਅਸੀਂ ਯੂਥ ਨੂੰ ਦੌੜਨਾ ਸਿਖਾਇਆ ਐਸ ਪੇਰੈਂਟਸ ਅਸੀਂ ਕਰਦੇ ਨੇ ਕਿ ਅਸੀਂ ਉਹਨੂੰ ਕਦੀ ਅੱਛੀ ਤਰ੍ਹਾਂ ਸੁਣਨਾ ਸਿਖਾਇਆ ਕਿ ਬਟੇ ਅਸੀਂ ਇਹ ਸੱਚ ਕਹਿੰਦੇ ਹਾਂ ਇਸ ਤਰ੍ਹਾਂ ਨਾ ਬੋਲ ਦੇਸਾ ਨਹੀਂ ਬੋਲਣਾ ਚਾਹੀਦਾ ਇਸ ਤਰ੍ਹਾਂ ਨਾ ਕਰੋ ਤੁਸੀਂ ਪਰ ਕੀ ਅਸੀਂ ਉਹਨੂੰ ਸੁਣਾਇਆ ਕਿ ਐਸਾ ਸੁਣਨਾ ਚਾਹੀਦਾ ਤੇ ਅਗਰ ਉਸੀ ਲਿਸਨਿੰਗ ਪਾਵਰ ਤੇ ਅਸੀਂ ਕੰਮ ਕਰੀਏ ਅੱਜ ਦੇ ਬੱਚੇ ਲਿਸਨਿੰਗ ਪਾਵਰ ਤੇ ਆਪਣੀ ਕੰਮ ਕਰ ਰਹੇ ਨੇ ਔਰ ਜੀ ਸਮਝਣ ਫੇਰ ਚੱਲਣ ਸਪੀਡ ਡਸ ਨਾਟ ਮੈਟਰ ਸਪੀਡ ਜਿਆਦਾ ਹੈ ਕੱਟ ਕੀਤੀ ਜਾ ਸਕਦੀ ਹੈ ਕੱਟ ਤੇ ਵਧਾਈ ਜਾ ਸਕਦੀ ਹੈ ਬਟ ਮਿਸ਼ਨ ਔਰ ਵਿਜ਼ਨ ਜਿਹੜਾ ਕਲੀਅਰ ਹੋਣਾ ਚਾਹੀਦਾ ਅਗਰ ਉਹ ਤੁਹਾਡਾ ਮਿਸ਼ਨ ਔਰ ਵਿਜ਼ਨ ਕਲੀਅਰ ਹੈ ਐਨੀ ਗੋਲ ਤੁਸੀਂ ਕੋਈ ਵੀ ਗੋਲ ਆਪਣਾ ਅਚੀਵ ਕਰ ਸਕਦੇ ਹੋ ਬਿਲਕੁਲ ਇੱਕ ਬੜਾ ਵਧੀਆ ਮੈਸੇਜ ਸੀਗਾ ਯੂਥ ਵਾਸਤੇ ਔਰ ਆਖਿਰ ਦੇ ਵਿੱਚ ਕੁਲਜੀਤ ਜੀ ਗੱਲ ਕਰਨਾ ਚਾਹਾਂਗੇ ਮਾਂ ਬੋਲੀ ਨੂੰ ਲੈ ਕੇ ਕਿਉਂਕਿ ਸਿੱਖ ਔਰ ਪੰਜਾਬੀ ਔਰ ਮਾਂ ਬੋਲੀ ਇੱਕ ਬਹੁਤ ਮਹੱਤਵਪੂਰਨ ਜਿਹੜਾ ਹੈ ਅੱਜ ਦੀ ਡੇਟ ਦੇ ਵਿੱਚ ਇੱਕ ਜ਼ਰੂਰਤ ਹੈ ਮਾਂ ਬੋਲੀ ਦੀ ਜਿਹੜੀ ਅੱਜ ਜੋ ਦੇਖਣੀ ਚਾਹੁੰਦਾ ਹੈ ਬੱਚਿਆਂ ਦੇ ਵਿੱਚ ਕਿਥੇ ਨਾ ਕਿਥੇ ਮਾਂ ਬੋਲੀ ਵਿਸਰਦੀ ਜਾ ਰਹੀ ਹੈ ਲੈਂਗੁਏਜ ਇੰਗਲਿਸ਼ ਇੰਟਰਨੈਸ਼ਨਲ ਹੈ ਠੀਕ ਹੈ ਉਹ ਆਣੀ ਚਾਹੀਦੀ ਪਰ ਕਿਥੇ ਨਾ ਕਿਥੇ ਮਾਂ ਬੋਲੀ ਤੋਂ ਜ਼ਿਆਦਾ ਵਿਸਰਦੇ ਨੇ ਪਰਿਵਾਰ ਔਰ ਬੱਚੇ ਉਹ ਤੋਂ ਲੈ ਕੇ ਕੀ ਕਹਿਣਾ ਚਾਹੋਗੇ ਕਿਉਂਕਿ ਇੱਕ ਬਹੁਤ ਵਟਾ ਇੱਕ ਸੋਚ اور ਜਿਹੜਾ ਲੋਕਾਂ ਦੀ ਕੀ ਕਹਿੰਦੇ ਨੇ ਟੈਨਸ਼ਨ ਵੀ ਕਵਾਂਗਾ ਕਿ ਹੈ ਇੱਕ ਕਿ ਭਈ ਇਹ ਇੱਕ ਜਿਹੜੀ ਮਾ ਬੋਲੀ ਹੈਗੀ ਇਹ ਕਿਥੇ ਨਾ ਕਿਥੇ ਪਿੱਛੇ ਰਹਿ ਜਾ ਰਹੀ ਹੈ ਉਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਅ ਵੀ ਜੀ ਅੱਜ ਬਹੁਤ ਸਖ ਜ਼ਰੂਰਤ ਹੈ ਇਸ ਮਾ ਬੋਲੀ ਨੂੰ ਡਵਲਪ ਕਰਨ ਦੀ ਡਵਲਪ ਕੇ ਅੰਦਰ ਕੇ ਗਰੋ ਕਰਨ ਦੀ ਉਹਨੂੰ ਹੋਤ ਸਿੰਚਾਈ ਕਰਨ ਦੀ ਉਹਦੀ ਉਹ ਕਿੱਥੋਂ ਹੋएगी ਉਹ ਕਿਸੇ ਹੋਰ ਤੋਂ ਨਹੀਂ ਹੋएगी ਉਹ ਮੇਰੇ ਤੋਂ ਹੋएगी ਜੇਕਰ ਹਰ ਇਨਸਾਨ ਇਹ ਸਮਝਣ ਲੱਗ ਪੇ ਕਿ ਮੈਂ ਸ਼ੁਰੂ ਕਰਾਂਗਾ ਤੇ ਬਹੁਤ ਅੱਛਾ ਹੈ ਉਹਨੇ ਰੀਸੈਂਟਲੀ ਮੈਂ ਬਤਾਵਾ ਤੁਹਾਨੂੰ ਕਿ ਅਸੀਂ ਰੀਸੈਂਟਲੀ ਇੱਕ ਐਕਸਰਸੈਂਡ ਦੀ ਮੈਂ ਕੋਸ਼ਿਸ਼ ਕਰ ਰਿਹਾ ਇੱਕ ਵੀਜੀ ਅਗੇ ਨੇ ਜਿਹੜੇ ਬੜ ਕੇ ਬੜੇ ਸੇਵਾ ਕਰ ਲੈਨੇ ਇਸ ਬਾਰੇ ਔਰ ਉਹ ਗਾਰੰਟੀ ਦੇ ਦੇਣਗੇ 35 ਮਹੀਨਿਆਂ ਵਿੱਚ ਮੈਂ ਹਿੰਦੀ ਤੋਂ ਪੰਜਾਬੀ ਨਾਲ ਫੈਮਿਲੀਅਰ ਕਰਾ ਲਾਂਗਾ ਬੱਚਿਆਂ ਨੂੰ ਤੇ ਮੈਂ ਰੀਸੈਂਟਲੀ ਜਦੋਂ ਪੁਨੇ ਸੀ ਤੇ ਮੈਂ ਮਿਸ਼ਨ ਰੱਖਿਆ ਕਿ ਪੁਨੇ ਦੇ ਜਿੰਨੇ ਬੱਚੇ ਨੇ ਅਸੀਂ ਉਹਨਾਂ ਨੂੰ ਇਕੱਠੇ ਕਰਕੇ ਜ਼ੂਮ ਕਾਲ ਤੇ ਅਸੀਂ ਇਹ ਇਨੀਸ਼ੀਏਟਿਵ ਸ਼ੁਰੂ ਕਰੀਏ ਕਿ ਜਿਹੜੇ ਅਲਫਾਬੈਟਸ ਨੇ ਹਿੰਦੀ ਔਰ ਪੰਜਾਬੀ ਚ ਕੀ ਸਮਾਨਤਾ ਹੈ ਕਿਸ ਨੂੰ ਪਕੜ ਸਕਦੇ ਨੇ ਪੰਜਾਬੀ ਨੂੰ ਉਹ 35 ਮਿੰਟ ਦੀ ਜੋ ਗ੍ਰਿਪ پکڑ ਲੈਣੀ ਔਰ ਉਹਨਾਂ ਨੂੰ ਲੈ ਜਾਣਾ ਬਹੁਤ ਵਧੀਆ ਹੋਏਗਾ ਅਸੀਂ ਕੋਈ ਚੀਜ਼ ਕਿਉਂ ਨਹੀਂ ਪਕੜ ਪਾਂਦੇ ਕਿਉਂਕਿ ਸਾਡਾ ਕੰਫਰਟ ਲੈਵਲ ਨਹੀਂ ਆਪਾਂ ਦਾ ਅਸੀਂ ਕਹਾਂਗੇ ਹਿੰਦੀ ਬੋਲਾਂਗੇ ਤੇ ਬੱਚਨ ਬਾਅਦ ਕੰਫਰਟ ਨਹੀਂ ਆਏਗਾ ਪੰਜਾਬੀ ਬੋਲਣ ਦਾ ਸੋ ਸਾਨੂੰ ਪਹਿਲੇ ਆਪਣੇ ਆਪੇ ਪੰਜਾਬੀ ਦਾ ਬਲਾਵਾ ਦੇਣਾ ਹੈ ਉਹ ਬੱਚਿਆਂ ਨੂੰ ਕੰਫਰਟੇਬਲ ਕਰਨਾ ਹੈ ਕਿਉਂ ਤੁਸੀਂ ਇਹ ਦੱਸੋ ਵੰਡਰਫੁਲ ਲੈਂਗੁਏਜ ਅਸੀਂ ਕੀ ਕੀ ਲੈ ਸਕਨੇ ਆ ਤੇ ਉੱਥੋਂ ਹੀ ਉਹ ਅੱਗੇ ਸਮਾਜਿਕ ਲੈ ਜਾਣਗੇ ਬਿਲਕੁਲ ਬਹੁਤ ਬਹੁਤ ਧੰਨਵਾਦ ਸਤਾਰ ਕੁਜੀ ਸਿੰਘ ਜੀ ਮਾਰਾ ਜੋ ਸਾਡੇ ਨਾਲ ਸੀਗੇ ਗਲੋਬਲ ਸਿੱਖ ਅਚੀਵਰਸ ਸੀਜ਼ਨ 2 ਦੇ ਵਿੱਚ ਅਸੀਂ ਅਨਾਂ ਦਾ ਤਨਵਾਦ ਕਰਾਂਗੇ ਔਰ ਜਿਸ ਫੀਡ ਦੇ ਵਿੱਚ ਹਨ ਇਹ ਜਿਵੇਂ ਇਹਨਾਂ ਦੀ ਸੇਵਾਵਾਂ ਸੀ ਜਰੂਰ ਆਪਣੇ ਚੈਨਲ ਵਾਸਤੇ ਲਵਾਂਗੇ ਬਹੁਤ ਬਹੁਤ ਧੰਨਵਾਦ ਅਗਲੇ ਫਿਰ ਕਿਸੇ ਪ੍ਰੋਗਰਾਮ ਵਿੱਚ ਜਰੂਰ ਸੰਪਰਕ ਕਰਾਂਗੇ ਤਨਵਾਦ ਜੀ ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼ਕਲ ਜੀ